Thank you, Jesus. Hallelujah. 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 Thank you, Jesus. Thank you, Jesus. Thank you, Jesus. Thank you, Jesus. ధన్యవాదు యేసు రాజా. థ్యాంక్ యూ జీసస్. థ్యాంక్ యూ జీసస్. థ్యాంక్ యూ జీసస్. ధన్యవాదు 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 సమర్థి పరమేశ్వర. రిపురు శక్కి తిన్ని లిరి బిరి శక్కి తిన్ని లిరి బిరి శక్కి తిన్ని లిరి బిరి. థ్యాంక్ యూ జీసస్. థ్యాంక్ యూ జీసస్. థ్యాంక్ యూ జీసస్. థ్యాంక్ యూ జీసస్. ధన్యవాదు 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 సమర్థి పరమేశ్వర. ఏ అబ్రాహం ఇజాక్ యాకూబ్ హన్నా హనుకర్ దావుదే పరమేశ్వర్ తేరా ధన్యవాదు తు మేరా భీ పరమేశ్వర హై ఖుదా మే తేరా ధన్యవాద్ కర్దా ధన్యవాద్ కర్ది పరమేశ్వర్. థ్యాంక్ యూ జీసస్. థ్యాంక్ యూ జీసస్. థ్యాంక్ యూ జీసస్. థ్యాంక్ యూ జీసస్. తారీఫో 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 సచ్చర్ జిందా పరమేశ్వర్. ਖੁਦਾਵੰਦ ਮੈਂ ਤੇਰੀ ਜ਼ਿੰਦਾ ਪ੍ਰੈਜੈਂਸ ਦੇ ਵਿੱਚ ਆਉਣਾ, ਆਪਣੇ ਕਦਮਾਂ ਨੂੰ ਚੌਕਸ ਦੇ ਨਾਲ ਰੱਖਦੇ ਹਾਂ, ਇਸ ਪਲ ਦੀ ਖੁਸ਼ੀ ਨੂੰ ਡਰਦੇ ਅਤੇ ਕੰਮ ਦੇ ਮਨਾਉਂਦੇ ਹਾਂ ਪਿਤਾ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ. ਖੁਦਾਵੰਦ ਯਹੋਵਾ ਪਰਮੇਸ਼ਵਰ ਤੇਰੇ ਅੱਗੇ ਆਪਣੇ ਆਪ ਨੂੰ ਝੁਕਾ ਦਿੰਦਾ, ਮੈਂ ਸਮਰਪਿਤ ਕਰਦਾ ਪਰਮੇਸ਼ਵਰ. ਮੈਂ ਆਪਣੇ ਆਪ ਨੂੰ ਤੇਰੇ ਅੱਗੇ ਡੋਲ ਦਿੰਦਾ ਪਰਮੇਸ਼ਵਰ, ਮੈਂ ਖਾਲੀ ਕਰਦਾ ਪਰਮੇਸ਼ਵਰ. ਐ ਖੁਦਾਵੰਦ ਅੱਜ ਤੇਰੀ ਪ੍ਰੈਜੈਂਟ ਜੋ ਸਾਡੇ ਵਿੱਚ ਆ, ਤੇਰਾ ਆਤਮਾ ਜੋ ਸਾਡੇ ਵਿੱਚ ਆ, ਖੁਦਾਵੰਦ ਅਸੀਂ ਤੇਰਾ ਸਵਾਗਤ ਕਰਦੇ ਹਾਂ, ਖੁਦਾਵੰਦ ਓਨਰ ਕਰਦੇ ਹਾਂ ਪਰਮੇਸ਼ਵਰ. ਖੁਦਾਵੰਦ ਅਸੀਂ ਆਪਣੇ ਆਪ ਨੂੰ ਤੇਰੇ ਹੱਥਾਂ ਦੇ ਵਿੱਚ ਦਿੰਦੇ ਹਾਂ. ਸੋ ਹਰ ਇੱਕ ਜਨ ਜੋ ਅੱਜ ਦੀ ਇਸ ਪ੍ਰਾਰਥਨਾ ਨਾਲ ਜੁੜ ਚੁੱਕਿਆ ਵਾ, ਆਪਣੇ ਕਦਮਾਂ ਨੂੰ ਚੌਕਸੀ ਦੇ ਨਾਲ ਰੱਖਦਿਆਂ ਹੋਇਆਂ, ਆਪਣੇ ਪਿਤਾ ਦੇ ਅੱਗੇ, ਆਪਣੇ ਪਰਮੇਸ਼ਵਰ ਦੇ ਅੱਗੇ ਆਪਣੇ ਆਪ ਨੂੰ ਸਮਰਪਿਤ ਕਰਦਿਆਂ ਹੋਇਆਂ, ਆਪਣੇ ਆਪ ਨੂੰ ਪਰਮੇਸ਼ਵਰ ਦੇ ਹੱਥਾਂ 'ਚ ਦਿੰਦਿਆਂ ਹੋਇਆਂ, ਕਹਿੰਦੇ ਹਾਂ ਕਿ ਪਰਮੇਸ਼ਵਰ ਮੈਂ ਤੇਰੀ ਪ੍ਰੈਜੈਂਸ ਦਾ ਵੈਲਕਮ ਕਰਦਾ, ਪਵਿੱਤਰ ਆਤਮਾ ਮੈਂ ਤੁਹਾਡਾ ਓਨਰ ਕਰਦਾ ਪਰਮੇਸ਼ਵਰ. ਮੈਂ ਅੰਮ੍ਰਿਤ ਵੇਲੇ ਤਿਆਰੀ ਕਰਕੇ ਖੁਦਾਵੰਦ ਮੈਂ ਤੇਰੀ ਜ਼ਿੰਦਾ ਪ੍ਰੈਜੈਂਸ ਦੇ ਵਿੱਚ ਹਾਂ ਪਰਮੇਸ਼ਵਰ. ਮੈਂ ਤੇਰੀ ਉਡੀਕ ਦੇ ਵਿੱਚ ਹਾਂ ਪਰਮੇਸ਼ਵਰ. ਕਦ ਤੇਰਾ ਸਾਮਰਥੀ ਹੱਥ ਅੱਜ ਮੈਨੂੰ ਛੂਹੇ ਪਰਮੇਸ਼ਵਰ. ਅੱਜ ਖੁਦਾਵੰਦ ਤੇਰੀ ਦਇਆ ਮੈਨੂੰ ਘੇਰ ਲਵੇ ਪਰਮੇਸ਼ਵਰ. ਅੱਜ ਤੇਰੇ ਅਨੁਗ੍ਰਹਿ ਨੂੰ ਮੈਂ ਦੇਖਾਂ ਪਰਮੇਸ਼ਵਰ, ਕਿਉਂਕਿ ਤੇਰਾ ਫਜ਼ਲ ਹੀ ਮੇਰੇ ਲਈ ਕਾਫੀ ਹੈ ਪਰਮੇਸ਼ਵਰ. ਸੋ ਸਭ ਜਨ ਉਹਦੀਆਂ ਭਲਿਆਈਆਂ ਨੂੰ ਯਾਦ ਕਰਦਿਆਂ ਹੋਇਆਂ, ਉਹਦੇ ਦੇ ਇੱਕ ਇੱਕ ਭਲੇ ਕੰਮ ਨੂੰ ਯਾਦ ਕਰਦਿਆਂ ਹੋਇਆਂ ਪਰਮੇਸ਼ਵਰ ਦਾ ਧੰਨਵਾਦ ਕਰੋ ਕਿ ਖੁਦਾਵੰਦ ਤੂੰ ਸੱਚਮੁੱਚ ਅਦਭੁਤ ਅਤੇ ਮਹਾਨ ਕੰਮ ਕਰਨ ਵਾਲਾ ਪਰਮੇਸ਼ਵਰ ਆ. ਤੇਰੇ ਤੁਲ ਤੇਰੇ ਸਮਾਨ ਕੋਈ ਨਹੀਂ ਆ ਖੁਦਾਵੰਦ, ਤੂੰ ਸਭ ਦੇਵੀ ਦੇਵਤਿਆਂ 'ਚੋਂ ਮਹਾਨ ਆ ਖੁਦਾਵੰਦ ਯਿਸੂ ਰਾਜਾ. ਅਸੀਂ ਤੇਰੇ ਨਾਮ ਨੂੰ ਮੁਬਾਰਕ ਕਹਿੰਦੇ, ਤੇਰੇ ਨਾਮ ਨੂੰ ਤਾਨਾ ਆਖਦੇ ਹਾਂ ਪਰਮੇਸ਼ਵਰ. ਮੇਰੀ ਜਾਨ ਤੈਨੂੰ ਵਡਿਆਉਂਦੀ ਆ ਪਰਮੇਸ਼ਵਰ. ਇੱਕੋ ਹੀ ਮਹਿਮਾ ਵਡਿਆਈ ਰੁਸਤਤ ਦੇ ਯੋਗ ਪਰਮੇਸ਼ਵਰ ਹੈ ਖੁਦਾਵੰਦ. ਇਹ ਮਹਿਮਾ, ਇਹ ਓਨਰ, ਇਹ ਆਦਰ ਖੁਦਾਵੰਦ ਮੈਂ ਸਿਰਫ਼ ਔਰ ਸਿਰਫ਼ ਤੈਨੂੰ ਹੀ ਦਿੰਦਾ ਵਾਂ, ਤੈਨੂੰ ਹੀ ਦਿੰਦੀ ਹਾਂ ਪਰਮੇਸ਼ਵਰ, ਕਿਉਂਕਿ ਤੂੰ ਹੀ ਮੇਰਾ ਪਰਮੇਸ਼ਵਰ ਹੈ ਖੁਦਾਵੰਦ. ਮੇਰਾ ਸਿਰ ਤੇਰੇ ਅੱਗੇ ਝੁਕਦਾ ਪਰਮੇਸ਼ਵਰ. ਮੈਂ ਆਪਣੇ ਹੱਥਾਂ ਨੂੰ ਉਠਾ ਕੇ, ਆਪਣੀ ਜ਼ੁਬਾਨ ਨੂੰ ਖੋਲ੍ਹ ਕੇ ਪਰਮੇਸ਼ਵਰ ਮੈਂ ਤੇਰਾ ਧੰਨਵਾਦ ਕਰਦਾ ਲੋਰਡ. ਸੱਚਮੁੱਚ ਪਰਮੇਸ਼ਵਰ ਤੇਰੀ ਦਇਆ ਜੋ ਸਭ ਚੀਜ਼ਾਂ ਨਾਲੋਂ ਭਰੀ ਹੈ, ਤੇਰਾ ਲਹੂ ਜੋ ਮੈਨੂੰ ਪਾਕ ਅਤੇ ਸਾਫ਼ ਕਰਦਾ ਪਰਮੇਸ਼ਵਰ, ਤੇਰਾ ਵਚਨ ਜੋ ਮੇਰੇ ਰਾਹਾਂ ਨੂੰ ਸਿੱਧਿਆ ਕਰਦਾ ਪਰਮੇਸ਼ਵਰ. ਖੁਦਾਵੰਦ ਤੇਰੇ ਕੋੜਿਆਂ ਦੀ ਸਾਮਰ ਜੋ ਮੈਨੂੰ ਚੰਗਾ ਕਰਦੀ ਹੈ ਪਰਮੇਸ਼ਵਰ. ਤੇਰੇ ਕਰੂਸ ਦੀ ਕਥਾ ਪਰਮੇਸ਼ਵਰ ਜੋ ਮੈਨੂੰ ਨਰਕ ਦੀ ਅੱਗ ਤੋਂ ਬਚਾਉਂਦੀ ਆ ਪਰਮੇਸ਼ਵਰ, ਮੈਨੂੰ ਪਾਪ ਤੋਂ, ਮੈਨੂੰ ਬੁਰਾਈ ਤੋਂ ਅਲੱਗ ਕਰਦੀ ਆ ਪਰਮੇਸ਼ਵਰ. ਖੁਦਾਵੰਦ ਮੈਨੂੰ ਤੇਰੇ ਕਰੀਬ ਲੈ ਕੇ ਜਾਂਦੀ, ਉਹਦੇ ਲਈ ਮੈਂ ਤੇਰਾ ਧੰਨਵਾਦ ਕਰਦਾ ਪਰਮੇਸ਼ਵਰ. ਥੈਂਕ ਯੂ ਜੀਸਸ. ਥੈਂਕ ਯੂ ਜੀਸਸ. ਥੈਂਕ ਯੂ ਜੀਸਸ. ਥੈਂਕ ਯੂ ਜੀਸਸ. ਸੋ ਆਪਣੀਆਂ ਜ਼ਿੰਦਗੀਆਂ ਦੇ ਵਿੱਚ ਜਿੰਨੇ ਪਰਮੇਸ਼ਵਰ ਨੇ ਕੰਮ ਕੀਤੇ ਆ ਉਹਨਾਂ ਨੂੰ ਯਾਦ ਕਰਦੇ ਆ ਪਰਮੇਸ਼ਵਰ ਨੂੰ, ਕਹੋ ਕਿ ਪਰਮੇਸ਼ਵਰ ਮੈਂ ਤੂੰ ਚੰਗਿਆਈ ਜੋ ਤੂੰ ਮੈਨੂੰ ਦਿੱਤੀ ਉਹਦੇ ਲਈ ਮੈਂ ਤੇਰਾ ਧੰਨਵਾਦ ਕਰਦਾ ਪਿਤਾ.
ਤੂੰ ਮੇਰੇ ਵਿਰੋਧੀਆਂ ਦੇ ਸਨਮੁਖ ਮੇਰੇ ਲਈ ਮੇਜ਼ ਸਜਾਇਆ, ਮੈਂ ਤੇਰਾ ਧੰਨਵਾਦ ਕਰਦਾ। ਐ ਖੁਦਾਵੰ, ਤੂੰ ਮੈਨੂੰ ਮੇਰੇ ਘਰਾਣੇ ਨੂੰ ਚੁਣ ਲਿਆ ਪਰਮੇਸ਼ਰ, ਮੈਂ ਤੇਰਾ ਧੰਨਵਾਦ ਕਰਦਾ ਪਰਮੇਸ਼ਰ। ਖੁਦਾਵੰ, ਤੂੰ ਸਦਾ ਹੀ ਮੇਰੀਆਂ ਪ੍ਰਾਰਥਨਾਵਾਂ ਨੂੰ ਸੁਣ ਕੇ ਮੈਨੂੰ ਉੱਤਰ ਦਿੰਦਾ, ਮੈਂ ਤੇਰਾ ਧੰਨਵਾਦ ਕਰਦਾ ਪਰਮੇਸ਼ਰ। ਖੁਦਾਵੰ, ਤੂੰ ਅੱਜ ਵੀ ਮੇਰੀਆਂ ਪ੍ਰਾਰਥਨਾਵਾਂ ਦੇ ਉੱਤਰ ਦੇਵੇਂਗਾ ਪਰਮੇਸ਼ਰ। ਅੱਜ ਵੀ ਮੇਰਾ ਤੇਰੀ ਪ੍ਰੈਜ਼ੈਂਸ ਆਉਣਾ ਤੂੰ ਮੈਨੂੰ ਸੇਵ ਨਹੀਂ ਛੱਡੇਗਾ ਪਿਤਾ, ਮੈਂ ਤੇਰਾ ਧੰਨਵਾਦ ਕਰਦਾ ਪਿਤਾ। ਤੂੰ ਮੈਨੂੰ ਰੂੜੀ ਤੋਂ ਚੱਕ ਕੇ ਪਤਵੰਤਾ ਵਿੱਚ ਬਿਠਾਇਆ ਪਰਮੇਸ਼ਰ, ਤੂੰ ਮੈਨੂੰ ਹਰੇ ਹਰੇ ਘਾਹ ਦੀਆਂ ਜੂਹਾਂ ਵਿੱਚ ਲੈ ਗਿਆ, ਸੁਖਦਾਇਕ ਪਾਣੀਆਂ ਕੋਲ ਬਿਠਾਇਆ ਪਰਮੇਸ਼ਰ, ਮੈਂ ਤੇਰਾ ਧੰਨਵਾਦ ਕਰਦਾ। ਮੈਂ ਜੋ ਤੇਰੀ ਸਰਬ ਸ਼ਕਤੀਮਾਨ ਪਰਮੇਸ਼ਰ ਖੁਦਾਵੰਦ ਤੇਰੀ ਜ਼ਿੰਦਾ ਪ੍ਰੈਜ਼ੈਂਸ 'ਚ ਆਇਆ ਪਿਤਾ, ਮੈਂ ਤੇਰਾ ਧੰਨਵਾਦ ਕਰਦਾ ਜੋ ਤੂੰ ਮੈਨੂੰ ਪੂਰੀ ਰਾਤ ਸੰਭਾਲਿਆ, ਅੱਜ ਦਾ ਦਿਨ ਦਿਖਾਇਆ। ਔਰ ਖੁਦਾਵੰਦ, ਅੱਜ ਦੀ ਸੁਬਾਹ ਪਰਮੇਸ਼ਰ ਇੱਕ ਵਾਰ ਫਿਰ ਤੋਂ ਮੈਂ ਤੇਰੀ ਪ੍ਰੈਜ਼ੈਂਸ ਦੇ ਵਿੱਚ ਹਾਂ, ਮੈਂ ਤੇਰੇ ਅੱਗੇ ਝੁੱਕ ਜਾਂਦਾ ਪਿਤਾ, ਮੈਂ ਤੇਰਾ ਧੰਨਵਾਦ ਕਰਦਿਆਂ ਹੋਇਆ। ਖੁਦਾਵੰਦ, ਮੇਰੀ ਜਾਨ ਤੈਨੂੰ ਮੁਬਾਰਕ ਅਤੇ ਤੈਨੂੰ ਤਨ ਆਖਦੀ ਆ ਪਰਮੇਸ਼ਰ, ਤੂੰ ਮੇਰੇ ਹਾਲਾਤਾਂ ਨੂੰ ਚੇਂਜ ਕਰਦਾ ਪਰਮੇਸ਼ਰ, ਮੈਂ ਤੇਰਾ ਧੰਨਵਾਦ ਕਰਦਾ। ਮੈਨੂੰ ਪਟਕੇ ਹੋਏ ਨੂੰ ਪਰਮੇਸ਼ਰ ਤੂੰ ਮੋੜ ਲਿਆਉਂਦਾ, ਮੈਂ ਤੇਰਾ ਧੰਨਵਾਦ ਕਰਦਾ। ਤੂੰ ਮੇਰੇ ਟੁੱਟੇ ਦਿਲ 'ਤੇ ਪੱਟੀ ਬੰਨਦਾ ਪਰਮੇਸ਼ਰ, ਮੈਂ ਤੇਰਾ ਧੰਨਵਾਦ ਕਰਦਾ। ਜਦ ਮੈਂ ਗਿਰ ਜਾਂਦਾ ਪਰਮੇਸ਼ਰ, ਤੂੰ ਮੈਨੂੰ ਉਠਾਉਂਦਾ ਲੋੜ, ਮੈਂ ਤੇਰਾ ਧੰਨਵਾਦ ਕਰਦਾ ਪਰਮੇਸ਼ਰ। ਜਦ ਵੀ ਮੈਂ ਲੜਖੜਾਉਂਦਾ ਪਰਮੇਸ਼ਰ, ਤੂੰ ਮੇਰੇ ਕਦਮਾਂ ਨੂੰ ਹਿਰਨੀ ਦੇ ਕਦਮਾਂ ਜਿਹਾ ਬਣਾ ਦਿੰਦਾ ਪਿਤਾ, ਮੈਂ ਤੇਰਾ ਧੰਨਵਾਦ ਕਰਦਾ ਸਾਮਰਥੀ ਪਰਮੇਸ਼ਰ। ਥੈਂਕ ਯੂ ਜੀਸਸ, ਥੈਂਕ ਯੂ ਜੀਸਸ, ਥੈਂਕ ਯੂ ਜੀਸਸ, ਥੈਂਕ ਯੂ ਜੀਸਸ। ਪਿਤਾ, ਮੇਰੀ ਪ੍ਰਾਰਥਨਾ ਖੁਦਾਵੰ ਯਸ਼ੂ ਮਸੀਹ ਦੇ ਜੀਵਿਤ ਨਾਮ ਦੇ ਵਿੱਚ ਬੁਲਾਉਣ ਲੋੜ, ਅੱਜ ਨੇ ਜਨ ਪਰਮੇਸ਼ਰ ਤੇਰੀ ਪ੍ਰੈਜੈਂਸ ਦੇ ਵਿੱਚ ਆ ਖੁਦਾਵੰ, ਜੋ ਤੇਰਾ ਓਨਰ ਕਰ ਰਿਹਾ, ਤੇਰੀ ਪ੍ਰੈਜੈਂਸ ਦਾ ਓਨਰ ਕਰ ਰਿਹਾ ਪਿਤਾ। ਰਾਈਟ ਨਾਓ ਤੇਰੀ ਸਾਮਰਥ ਇਹਨਾਂ ਨੂੰ ਟੱਚ ਕਰੇ, ਹਰ ਡਿਸਗ੍ਰੇਸ ਪਰਮੇਸ਼ਰ, ਡਿਸਓਨਰ ਇਹਨਾਂ ਨੂੰ ਛੱਡ ਕੇ ਜਾਵੇ ਲੋਰਡ, ਔਰ ਤੇਰਾ ਓਨਰ ਪਰਮੇਸ਼ਰ ਜੋ ਹੈਵਨ ਤੋਂ ਆ, ਤੇਰੀ ਗ੍ਰੇਸ ਪਰਮੇਸ਼ਰ ਇਹਨਾਂ ਨੂੰ ਚਮਕਾਵੇ ਉਸ ਧਰਮੀ ਦੇ ਪ੍ਰਕਾਸ਼ ਦੀ ਤਰ੍ਹਾਂ, ਜੋ ਸੂਰਿਆ ਦੇ ਨਾਲ ਦਿਨ ਉਸ ਦਿਨ ਵੱਧਦਾ ਜਾਂਦਾ ਪਿਤਾ। ਜਿੱਦਾਂ ਹੀ ਧੰਨਵਾਦ ਕਰਦਾ ਪਰਮੇਸ਼ਰ ਖੁਦਾਵੰ, ਮੇਰੀ ਪ੍ਰਾਰਥਨਾ ਪਰਮੇਸ਼ਰ ਧੰਨਵਾਦ ਇਹਨਾਂ ਨੂੰ ਮਲਟੀਪਲਾਈ ਕਰਿਓ, ਔਰ ਬਿਗ ਬਿਗ ਟੈਸਟਮਨੀਜ਼ ਦੇ ਨਾਲ ਪਰਮੇਸ਼ਰ ਇਹ ਧੰਨਵਾਦ ਦੀਆਂ ਪੇਟਾਂ ਇਹਨਾਂ ਦੀ ਜ਼ਿੰਦਗੀਆਂ ਦੇ ਸਾਰੇ ਝੂਲਿਆਂ ਨੂੰ ਤੋੜੇ ਖੁਦਾਵੰਦ ਦੇ ਅਭਿਸ਼ੇਕ ਦੇ ਕਾਰਨ, ਸਾਰੇ ਝੂਲੇ ਤੁਹਾਡੀਆਂ ਲਾਈਫਾਂ 'ਚੋਂ ਟੁੱਟਣ, ਕਿਉਂਕਿ ਉਸਨੇ ਸਾਨੂੰ ਬੁਲਾਇਆ ਵਾ ਤਾਂ ਕਿ ਉਸੇ ਉਹਦੇ ਅਭਿਸ਼ੇਕ ਦੇ ਕਾਰਨ ਆਜ਼ਾਦ ਕੀਤੇ ਜਾ ਸਕੀਏ, ਛੁੜਾਏ ਜਾ ਸਕੀਏ, ਚੰਗੇ ਕੀਤੇ ਜਾ ਸਕੀਏ। ਸੋ ਕਹੋ ਕਿ ਪਰਮੇਸ਼ਰ ਆਈ ਤੇਰਾ ਅਭਿਸ਼ੇਕ ਮੈਨੂੰ ਛੂਵੇ, ਔਰ ਮੇਰੀ ਪ੍ਰਾਰਥਨਾ 'ਚ ਪਰਮੇਸ਼ਰ ਦਾ ਅਭਿਸ਼ੇਕ ਤੁਹਾਡੇ 'ਤੇ ਆਵੇ, ਹੌਲੀ ਗੋਸ ਦੀ ਫਾਇਰ ਤੁਹਾਨੂੰ ਟੱਚ ਕਰੇ, ਤੁਹਾਡੀਆਂ ਬੁੱਧੀਆਂ ਨੂੰ ਪਰਮੇਸ਼ਰ ਚੇਂਜ ਕਰੇ, ਹਰ ਅਗਿਆਨਤਾ ਦਾ ਆਤਮਾ ਤੁਹਾਨੂੰ ਛੱਡ ਕੇ ਜਾਵੇ ਯਸ਼ੂ ਮਸੀਹ ਦੇ ਨਾਮ ਵਿੱਚ। ਉਹਦੇ ਵਚਨ ਦੇ ਉੱਤੇ ਤੁਸੀਂ ਮਨਨ ਕਰਨ ਵਾਲੇ ਹੋ ਸਕੋ, ਉਹਦੇ ਵਚਨਾਂ 'ਤੇ ਚੱਲਣ ਵਾਲੇ ਹੋ ਸਕੋ, ਬਹੁਤਿਆਂ ਨੂੰ ਚਲਾਉਣ ਵਾਲੇ ਹੋ ਸਕੋ। ਪਰਮੇਸ਼ਰ ਤੁਹਾਨੂੰ ਗ੍ਰੇਸ ਦੇਵੇ, ਤੁਹਾਡੇ 'ਤੇ ਅਨੁਗ੍ਰਹਿ ਕਰੇ, ਪਰਮੇਸ਼ਰ ਤੁਹਾਨੂੰ ਓਨਰ ਦੇਵੇ, ਪ੍ਰਭੂ ਯਸ਼ੂ ਮਸੀਹ ਤੁਹਾਨੂੰ ਉੱਚਾ ਕਰੇ, ਤੁਹਾਡੇ ਪੈਰਾਂ ਨੂੰ ਹਿਰਨੀ ਦੇ ਪੈਰਾਂ ਜਿਹਾ ਬਣਾਵੇ। ਮੇਰੀ ਪ੍ਰਾਰਥਨਾ ਪ੍ਰਭੂ ਯਸ਼ੂ ਮਸੀਹ ਦੇ ਨਾਮ ਵਿੱਚ, ਔਰ ਖੁਦਾਵੰਦ ਦੇ ਅੱਗੇ ਪ੍ਰਾਰਥਨਾ ਕਰੋ ਕਿ ਪਰਮੇਸ਼ਰ ਆਈ ਤੇਰੇ ਰੋਜ਼ ਦੀ ਰੋਟੀ ਖੁਦਾਵੰਦ ਜੋ ਤੂੰ ਮੈਨੂੰ ਦੇਣ ਜਾ ਰਿਹਾ ਪਿਤਾ ਨੂੰ, ਮੈਂ ਰਿਸੀਵ ਕਰਨ ਦੇ ਲਈ ਤਿਆਰ ਹਾਂ ਖੁਦਾਵੰ। ਅੱਜ ਮੈਂ ਖੁਦਾਵੰ ਜਾਂ ਰੋਜ਼ ਦੀ ਰੋਟੀ ਨੂੰ ਲਵਾਂ, ਤੇਰੇ ਜੀਵਿਤ ਵਚਨ ਨੂੰ ਲਵਾਂ ਪਰਮੇਸ਼ਰ, ਉਹ ਮੈਨੂੰ ਮੁਰਦਾ ਨੂੰ ਜੀਵਿਤ ਕਰੇ ਪਰਮੇਸ਼ਰ, ਮੇਰੀਆਂ ਆਤਮਿਕ ਅੱਖਾਂ ਨੂੰ ਖੋਲ੍ਹੇ ਪਿਤਾ, ਮੇਰੇ ਆਤਮਿਕ ਕੰਨਾਂ ਨੂੰ ਖੋਲ੍ਹੇ ਪਰਮੇਸ਼ਰ, ਮੈਂ ਤੇਰੀ ਬੁੱਧੀ ਦੇ ਵਿੱਚ ਵੱਧ ਜਾਵਾਂ ਪਰਮੇਸ਼ਰ, ਮੈਂ ਤੇਰੇ ਵਚਨਾਂ 'ਤੇ ਧਿਆਨ ਕਰਨ ਵਾਲਾ, ਮਨਨ ਕਰਨ ਹੋ ਜਾਵਾਂ ਪਰਮੇਸ਼ਰ। ਮੈਨੂੰ ਇੱਕ ਗ੍ਰੇਸ ਦੇ ਪਰਮੇਸ਼ਰ, ਹਰ ਅੰਧਕਾਰ ਦੀ ਸ਼ਤਾਂ ਦੀ ਤਾਕਤ ਜੋ ਤੇਰੀਆਂ ਜ਼ਿੰਦਗੀਆਂ ਅੱਜ ਦੇ ਵਚਨ ਨੂੰ ਚੁਰਾਉਣਾ ਚਾਹੇ, ਉਸ ਉੱਤੇ ਮੈਂ ਹੌਲੀ ਗੋਸਟ ਦੀ ਫਾਇਰ ਨੂੰ ਰਿਲੀਜ਼ ਕਰਦੀ ਹਾਂ, ਔਰ ਮੈਂ ਕਮਾਂਡ ਕਰਦੀ ਹਾਂ ਹਰ ਦੁਸ ਦੀ ਪਲੈਨਿੰਗ ਨੂੰ, ਪ੍ਰਭੂ ਯਸ਼ੂ ਮਸੀਹ ਦੇ ਨਾਮ 'ਚ ਤੁਹਾਨੂੰ ਛੱਡ ਕੇ ਜਾਵੇ, ਔਰ ਖੁਦਾਵੰ ਯਸ਼ੂ ਮਸੀਹ ਦੀ ਸਾਮਰਥ ਤੁਹਾਨੂੰ ਟੱਚ ਕਰੇ, ਤੁਹਾਨੂੰ ਬੁੱਧਵਾਰ ਬਣਾਵੇ, ਤੁਹਾਡੇ 'ਤੇ ਦਇਆ ਕਰੇ, ਅੱਜ ਦਾ ਵਚਨ ਤੁਹਾਨੂੰ ਕੇਰੇ,
ਤੁਹਾਡੇ ਮਾਰਗਾਂ ਨੂੰ ਸਿੱਧਾ ਕਰੇ ਪਰਮੇਸ਼ੁਰ ਦਾ ਰੂਹ, ਤੁਹਾਨੂੰ ਬਚਾਵੇ, ਅੱਜ ਦੇ ਵਚਨ ਦੇ ਦੁਆਰਾ ਤੁਹਾਡੇ ਨਾਲ ਗੱਲ ਕਰੇ। ਪ੍ਰਭੂ ਯੇਸ਼ੂ ਮਸੀਹ ਦੇ ਜੀਵਿਤ ਤੇ ਪਵਿੱਤਰ ਨਾਮ ਵਿੱਚ ਸਭ ਬੋਲੋ ਆਮੀਨ ਆਮੀਨ। ਮੇਰੇ ਮਨ ਦੇ ਅੰਦਰ ਦੁਸ਼ਟ ਦੇ ਅਪਰਾਧ ਦਾ ਵਾਕ, ਉਹਦੀਆਂ ਅੱਖਾਂ ਦੇ ਅੱਗੇ ਪਰਮੇਸ਼ੁਰ ਦਾ ਭੈ ਹੈ ਹੀ ਨਹੀਂ, ਕਿਉਂ ਜੋ ਆਪਣੀਆਂ ਅੱਖੀਆਂ ਵਿੱਚ ਆਪਣੇ ਆਪ ਨੂੰ ਫੁਸਲਾਉਂਦਾ ਹੈ। ਭਈ ਮੇਰੀ ਬਦੀ ਪਾਲੀ ਨਾ ਜਾਵੇਗੀ, ਨਾ ਕਿਉਣੀ ਸਮਝੀ ਜਾਵੇਗੀ। ਉਹਦੇ ਮੂੰਹ ਦੀਆਂ ਗੱਲਾਂ ਬਦੀ ਤੇ ਛਲਦੀਆਂ ਹਨ। ਉਹਨੇ ਬੁੱਧਵਾਨ ਹੋਣ ਨੂੰ ਅਤੇ ਭਲਾ ਕਰਨ ਨੂੰ ਛੱਡਿਆ ਹੋਇਆ ਹੈ। ਉਹ ਆਪਣੇ ਮੰਜੇ ਉੱਤੇ ਬਦੀ ਨੂੰ ਸੋਚਦਾ ਰਹਿੰਦਾ ਹੈ। ਉਹ ਪੈੜੇ ਰਾਹ ਉੱਤੇ ਲੱਗ ਤੁਰਦਾ ਹੈ, ਉਹ ਬਦੀ ਤੋਂ ਕਿਰਨ ਨਹੀਂ ਕਰਦਾ। ਹੇ ਯਹੋਵਾ, ਤੇਰੀ ਦਇਆ ਸਵਰਗ ਵਿੱਚ ਹੈ ਅਤੇ ਤੇਰੀ ਵਫ਼ਾਦਾਰੀ ਬਦਲਾਂ ਤਿੱਕ ਹੈ। ਤੇਰਾ ਧਰਮ ਪਰਮੇਸ਼ੁਰ ਦੇ ਪਰਬਤਾ ਸਮਾਨ ਹੈ, ਤੇਰੇ ਨਿਆਂ ਵੱਡੀ ਡੂੰਘਿਆਈ ਵਾਲੇ ਹਨ। ਹੇ ਯਹੋਵਾ, ਤੂੰ ਆਦਮੀ ਅਤੇ ਡੰਗਰਾਂ ਨੂੰ ਬਚਾਉਂਦਾ ਹੈ। ਹੇ ਪਰਮੇਸ਼ੁਰ, ਤੇਰੀ ਦਇਆ ਕਿੰਨੀ ਹੀ ਬਹੁਮੁੱਲੀ ਹੈ, ਅਤੇ ਆਦਮੀ ਦੇ ਪੁੱਤਰ ਤੇਰੇ ਖੰਭਾਂ ਦੀ ਛਾਇਆ ਵਿੱਚ ਪਨਾਹ ਲੈਂਦੇ ਹਨ। ਉਹ ਤੇਰੇ ਘਰ ਦੀ ਚਿਕਨਾਈ ਨਾਲ ਰੱਜ ਜਾਣਗੇ, ਅਤੇ ਤੂੰ ਆਪਣੇ ਵਿਲਾਸਾਂ ਦੀ ਨਦੀ ਤੋਂ ਉਹਨਾਂ ਨੂੰ ਪਿਲਾਏਗਾ, ਕਿਉਂ ਜੋ ਜਿਉਣ ਦਾ ਚਸ਼ਮਾ ਤੇਰੇ ਮੁੱਢ ਹੈ। ਤੇਰੇ ਚਾਨਣ ਵਿੱਚ ਅਸੀਂ ਚਾਨਣ ਵੇਖਾਂਗੇ, ਅਤੇ ਆਪਣੇ ਮੰਨਣ ਵਾਲਿਆਂ ਦੇ ਲਈ ਆਪਣੀ ਦਇਆ, ਅਤੇ ਸਿੱਧੇ ਮਨ ਵਾਲਿਆਂ ਦੇ ਲਈ ਆਪਣਾ ਧਰਮ ਵਧਾਈ ਜਾ। ਘੁਮੰਡੀ ਦਾ ਪੈਰ ਮੇਰੇ ਉੱਤੇ ਨਾ ਪੈਣ ਦੇ, ਅਤੇ ਦੁਸ਼ਟਾਂ ਦੇ ਹੱਥੋਂ ਮੈਨੂੰ ਨਾ ਪਟਕਣ ਦੇ। ਉੱਥੇ ਬਦਕਾਰ ਡਿੱਗ ਪਏ ਹਨ, ਉਹ ਹੇਠਾਂ ਤੱਕੇ ਗਏ ਹਨ ਅਤੇ ਫਿਰ ਨਾ ਉੱਠ ਸਕਣਗੇ। ਸਭ ਬੋਲੋ ਆਮੀਨ ਆਮੀਨ। ਥੈਂਕ ਯੂ ਜੀਸਸ। ਸਾਮਰਥੀ ਪਰਮੇਸ਼ਰ ਖੁਦਾਵੰ, ਤੇਰੇ ਸਾਮਰਥੀ ਵਚਨ ਦੇ ਲਈ ਪਿਤਾ, ਪਵਿੱਤਰ ਵਚਨ ਦੇ ਲਈ ਖੁਦਾਵੰ, ਅਸੀਂ ਤੇਰਾ ਧੰਨਵਾਦ ਕਰਦੇ ਪਿਤਾ, ਜੋ ਸਵਰਗ ਤੋਂ ਆਪਣੇ ਵਚਨ ਨੂੰ ਭੇਜਦਾ ਪਰਮੇਸ਼ਰ, ਤੂੰ ਸਾਨੂੰ ਬਲੈਸ ਕਰਦਾ ਪਿਤਾ, ਸਾਡੇ ਨਾਲ ਗੱਲ ਕਰਦਾ ਪਿਤਾ, ਸਾਡੀਆਂ ਸਾਰੀਆਂ ਕੰਫਿਊਜ਼ਨਸ ਨੂੰ ਦੂਰ ਕਰਦਾ ਪਰਮੇਸ਼ਰ। ਕਹੋ ਕਿ ਖੁਦਾਵੰ, ਮੈਂ ਵਿਸ਼ਵਾਸ ਕਰਦਾ ਪਰਮੇਸ਼ੁਰ, ਅੱਜ ਦਾ ਵਚਨ ਮੇਰੇ ਜੀਵਨ 'ਚ 100 ਗੁਣਾ ਫਲ ਲੈ ਕੇ ਆਵੇਗਾ। ਵੈਰੀ ਦੀ ਕੋਈ ਵੀ ਚਾਲ ਅੱਜ ਦੇ ਮੇਰੇ ਇਸ ਵਚਨ ਨੂੰ ਚੁਰਾ ਨਾ ਸਕੇਗੀ। ਖੁਦਾਵੰ, ਅੱਜ ਦੇ ਵਚਨ ਦੇ ਦੁਆਰਾ ਮੈਂ ਫਲ ਲੈ ਕੇ ਆਵਾਂਗਾ ਪਰਮੇਸ਼ੁਰ, ਮੈਨੂੰ ਗ੍ਰੇਸ ਦੇ ਖੁਦਾਵੰ, ਤੇਰੇ ਲੋਕਾਂ 'ਤੇ ਤੇਰੀ ਸਾਮਰ, ਤੇਰੀ ਦਇਆ ਉਤਰੇ ਖੁਦਾਵੰ ਰਾਈਟ ਨਾਓ। ਹਰ ਖੁਦਾਵੰ ਦੁਸਦਾ ਆਤਮਾ ਨੂੰ ਛੱਡ ਕੇ ਜਾਵੇ ਪਰਮੇਸ਼ੁਰ। ਰਿਪੋਰੋ ਸ਼ੇਕੇ ਥਿੰਨੇ ਲੇਰੇ ਬੇਰੇ, ਸ਼ੇਕੇ ਥਿੰਨੇ ਲੇਰੇ ਬੇਰੇ, ਆਪਣੇ ਆਪ ਨੂੰ ਤਿਆਰ ਕਰਦੇ ਹੋਏ ਫਾਇਰ ਪ੍ਰਾਰਥਨਾ ਦੇ ਲਈ ਥੈਂਕ ਯੂ ਜੀਸਸ ਕਹਿੰਦੇ ਹਾਂ ਪਰਮੇਸ਼ੁਰ। ਕਹੋ ਕਿ ਪਰਮੇਸ਼ੁਰ, ਤੇਰਾ ਧੰਨਵਾਦ ਹੋ, ਧੰਨਵਾਦ ਹੋ, ਧੰਨਵਾਦ ਹੋ। ਥੈਂਕ ਯੂ ਜੀਸਸ, ਥੈਂਕ ਯੂ ਜੀਸਸ, ਥੈਂਕ ਯੂ ਜੀਸਸ, ਥੈਂਕ ਯੂ ਜੀਸਸ। ਪਰਮੇਸ਼ੁਰ, ਤੇਰਾ ਆਤਮਾ ਤੇਰੇ ਲੋਕਾਂ ਨੂੰ ਟੱਚ ਕਰੇ ਖੁਦਾਵੰ ਰਾਈਟ ਨਾਓ। ਤੇਰੀ ਸਾਮਰਥ ਇਹਨਾਂ 'ਤੇ ਉਤਰੇ ਪਰਮੇਸ਼ੁਰ। ਹਰ ਇੱਕ ਦੁਸ਼ਟ ਦੀ ਵੈਰੀ ਦੀ ਚਾਲ ਜੋ ਇਹਨਾਂ ਦੀਆਂ ਜ਼ਿੰਦਗੀਆਂ ਉੱਤੇ ਆ ਪਰਮੇਸ਼ੁਰ, ਇਹਨਾਂ ਦੇ ਘਰਾਨਿਆਂ ਦੇ ਲਈ ਆ ਪਰਮੇਸ਼ੁਰ, ਖੁਦਾਵੰ ਯਹੋਵਾ, ਜੋ ਇਹਨਾਂ ਨੂੰ ਪਰਮੇਸ਼ੁਰ ਕਾਤ ਕਰਨਾ ਚਾਹੁੰਦੇ, ਨਾਸ਼ ਕਰਨਾ ਚਾਹੁੰਦੀਆਂ ਜਿੰਨੀਆਂ ਦੁਸ਼ਟ ਆਤਮਾ ਪਰਮੇਸ਼ੁਰ, ਇਹਨਾਂ ਦੇ ਫਾਈਨੈਂਸ ਨੂੰ, ਇਹਨਾਂ ਦੀ ਜ਼ਿੰਦਗੀ ਨੂੰ, ਇਹਨਾਂ ਦੀ ਮੈਰਿਡ ਲਾਈਫ ਨੂੰ, ਇਹਨਾਂ ਦੇ ਗਰਭ ਨੂੰ, ਇਹਨਾਂ ਦੇ ਪੇਟ ਦੇ ਫਲ ਨੂੰ ਪਰਮੇਸ਼ੁਰ, ਖੁਦਾਵੰ ਯਹੋਵਾ, ਜਿੰਨੀਆਂ ਚੀਜ਼ਾਂ ਇਹਨਾਂ ਦੀ ਲਾਈਫ ਦੇ ਉੱਤੇ ਇਹਨਾਂ ਦੇ ਨਾਲ ਜੁੜੀਆਂ, ਉਹਨਾਂ ਨੂੰ ਨਾਸ਼ ਕਰਨਾ ਚਾਹੁੰਦੀਆਂ, ਕਾਤ ਕਰਨਾ ਚਾਹੁੰਦੀਆਂ, ਉਹਨਾਂ ਸਭ ਦੁਸ਼ਟ ਆਤਮਾ ਦੇ ਉੱਤੇ ਪਰਮੇਸ਼ੁਰ, ਤੇਰੇ ਪਵਿੱਤਰ ਆਤਮਾ ਦੀ ਅੱਗ ਉਤਰੇ, ਅੱਗ ਉਤਰੇ, ਅੱਗ ਉਤਰੇ, ਅੱਗ ਉਤਰੇ, ਅੱਗ ਉਤਰੇ, ਅੱਗ ਉਤਰੇ, ਅੱਗ ਉਤਰੇ। ਹੌਲੀ ਗੋਸ ਤੇਰੀ ਫਾਇਰ ਕਾਰਿਆ ਕਰੇ, ਕਮਾਂਡ ਕਰੋ ਕਿ ਹਰ ਵੈਰੀ ਮੇਰੀ ਲਾਈਫ 'ਚੋਂ ਆਊਟ ਕਰ ਖੁਦਾਵੰ, ਯੇਸ਼ੂ ਮਸੀਹ ਦੇ ਨਾਮ 'ਚ ਹਰ ਦੁਸ਼ਟ ਮੇਰੀ ਲਾਈਫ 'ਚੋਂ ਆਊਟ ਹੋ ਜਾਵੇ, ਮੇਰੇ ਬੱਚਿਆਂ 'ਚੋਂ, ਮੇਰੇ ਹਸਬੈਂਡ 'ਚੋਂ, ਮੇਰੀ ਵਾਈਫ 'ਚੋਂ, ਮੇਰੀ ਫੈਮਿਲੀ 'ਚੋਂ, ਮੇਰੇ ਨਾਲ ਜੁੜੀ ਇੱਕ ਇੱਕ ਚੀਜ਼ 'ਚੋਂ ਦੁਸ਼ਟ। ਕਹੋ ਕਿ ਮੈਂ ਤੈਨੂੰ ਆਊਟ ਕਰ ਦੇਵਾਂ, ਕੈਚ
ਕੈਟ ਫਾਇਰ ਇਨ ਦਾ ਨੇਮ ਆਫ ਜੀਸਸ। ਕਹੋ ਕਿ ਹਰ ਇੱਕ ਆਤਮਾ ਜੋ ਮੈਨੂੰ ਬੁਰਾਈ ਵੱਲ ਲੈ ਕੇ ਜਾਂਦਾ, ਮੈਨੂੰ ਬੁਰੀਆਂ ਸੋਚਾਂ ਦੀ ਵੱਲ ਲੈ ਕੇ ਜਾਂਦਾ, ਮੈਨੂੰ ਕਿਉਣੇ ਕੰਮਾਂ ਦੀ ਵੱਲ ਲੈ ਕੇ ਜਾਂਦਾ, ਮੇਰੀਆਂ ਸੋਚਾਂ ਨੂੰ ਬੁਰਾ ਬਣਾਉਂਦਾ, ਮੈਨੂੰ ਬਦੀ ਦੇ ਵਿੱਚ ਫਸਾਉਂਦਾ, ਮੈਨੂੰ ਪਾਪ ਦੇ ਵਿੱਚ ਫਸਾਉਂਦਾ, ਅੱਜ ਉਹ ਸਾਰੀਆਂ ਦੁਸ਼ਟ ਆਤਮਾ ਦੇ ਉੱਤੇ ਜੋ ਮੇਰੇ ਘਰਾਨੇ 'ਤੇ ਅਟੈਕ ਕਰਦੀਆਂ ਔਰ ਮੈਨੂੰ ਪਾਪ ਦੀ ਵੱਲ ਲੈ ਕੇ ਜਾਂਦੀਆਂ, ਮੈਨੂੰ ਮੇਰੇ ਪਰਮੇਸ਼ੁਰ ਤੋਂ ਅਲੱਗ ਕਰਦੀਆਂ, ਜੋ ਮੈਨੂੰ ਵਫ਼ਾਦਾਰ ਹੋਣ ਚੱਲਣ ਤੋਂ ਰੋਕਦੀਆਂ ਵਾ, ਜੋ ਮੇਰੀ ਵਫ਼ਾਦਾਰੀ ਨੂੰ ਖਤਮ ਕਰਨਾ ਚਾਹੁੰਦੀਆਂ, ਜੋ ਮੇਰੀ ਮੇਰੇ ਪਰਮੇਸ਼ੁਰ ਦੇ ਨਾਲ ਆ, ਅੱਜ ਉਹਨਾਂ ਸਭ ਦੁਸ਼ਟ ਆਤਮਾ ਦੇ ਉੱਤੇ, ਉਹ ਸਾਰੀਆਂ ਬੁਰੀਆਂ ਸੋਚਾਂ ਦੇ ਉੱਤੇ, ਸਾਰੇ ਬੁਰੇ ਕੰਮਾਂ ਦੇ ਉੱਤੇ ਪਵਿੱਤਰ ਆਤਮਾ ਦੀ ਅੱਗ ਨੂੰ ਰਿਲੀਜ਼ ਕਰੋ। ਕਵੋ ਹੋਲੀ ਗੋਸਟ ਫਾਇਰ 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 ਇਨ ਦਾ ਨੇਮ ਆਫ ਜੀਸਸ। ਕਹਿੰਦੇ ਹਨ ਕਿ ਪਰਮੇਸ਼ੁਰ ਤੂੰ ਆਪਣੇ ਵਚਨ 'ਚ ਲਿਖਿਆ ਕਿ ਹੇ ਪਰਮੇਸ਼ੁਰ ਤੇਰੀ ਦਇਆ ਕਿੰਨੀ ਹੀ ਬਹੁਮੁੱਲੀ ਹੈ, ਅਤੇ ਆਦਮੀ ਦੇ ਪੁੱਤਰ ਤੇਰੇ ਖੰਭਾਂ ਦੀ ਛਾਂ ਹੇਠ ਪਨਾਹ ਲੈਂਦੇ ਹਨ, ਉਹ ਤੇਰੇ ਘਰ ਦੀ ਚਿਕਨਾਈ ਨਾਲ ਰੱਜ ਜਾਣਗੇ, ਅਤੇ ਤੂੰ ਆਪਣੇ ਵਿਲਾਸਾਂ ਦੀ ਨਦੀ ਤੋਂ ਉਹਨਾਂ ਨੂੰ ਪਿਆਏਗਾ, ਕਿਉਂ ਜੋ ਜਿਉਣ ਦਾ ਚਸ਼ਮਾ ਤੇਰੇ ਮੁੱਢ ਹੈ, ਤੇਰੇ ਚਾਨਣ ਵਿੱਚ ਅਸੀਂ ਚਾਨਣ ਵੇਖਾਂਗੇ, ਅਤੇ ਆਪਣੇ ਮੰਨਣ ਵਾਲਿਆਂ ਦੇ ਲਈ ਆਪਣੀ ਦਇਆ ਅਤੇ ਸਿੱਧੇ ਮਨ ਵਾਲਿਆਂ ਲਈ ਆਪਣਾ ਧਰਮ ਵਧਾਈ ਜਾਵੇਗਾ। ਪਰਮੇਸ਼ੁਰ ਕਹੋ ਕਿ ਖੁਦਾਵਨ ਸਾਮਰਥੀ ਪਰਮੇਸ਼ੁਰ ਅਸੀਂ ਤੇਰੀ ਸ਼ਰਨ ਸਥਾਨ ਆਏ, ਪਰਮੇਸ਼ੁਰ ਅਸੀਂ ਤੇਰੇ ਵਿੱਚ ਪਨਾਹ ਲੈਂਦੇ ਪਿਤਾ, ਜਿੰਨੀਆਂ ਦੁਸ਼ਟ ਆਤਮਾਵਾਂ ਪਰਮੇਸ਼ੁਰ ਮੈਨੂੰ ਚਮਕਣ ਤੋਂ ਰੋਕਦੀਆਂ, ਤੇਰੇ ਵਿੱਚ ਵਧਣ ਤੋਂ ਰੋਕਦੀਆਂ ਖੁਦਾਵਨ, ਮੇਰੇ ਚਾਨਣ ਨੂੰ ਪਰਮੇਸ਼ੁਰ ਵਧਣ ਤੋਂ ਰੋਕਦੀਆਂ ਖੁਦਾਵਨ, ਅੱਜ ਉਹਨਾਂ ਸਭ ਦੁਸ਼ਟ ਆਤਮਾ ਦੇ ਉੱਤੇ ਜੋ ਮੈਨੂੰ ਅੰਧਕਾਰ ਵਿੱਚ ਲੈ ਕੇ ਜਾਂਦੀਆਂ, ਅੰਧੇਰੇ ਵਿੱਚ ਲੈ ਕੇ ਜਾਂਦੀਆਂ, ਮੈਨੂੰ ਪਾਪ ਵਿੱਚ ਲੈ ਕੇ ਜਾਂਦੀਆਂ, ਮੈਨੂੰ ਸਰੀਰ ਵਿੱਚ ਲੈ ਕੇ ਜਾਂਦੀਆਂ ਪਰਮੇਸ਼ੁਰ, ਮੈਨੂੰ ਦੁਨਿਆਵਿਕ ਖੁਦਾਵਨ ਚੀਜ਼ਾਂ ਦੇ ਵਿੱਚ ਫਸਾਉਂਦੀਆਂ, ਲੋਰਡ ਅੱਜ ਮੈਂ ਤੇਰੇ ਅੱਗੇ ਤੇਰੀ ਦਇਆ ਨੂੰ ਮੰਗਦਾ ਔਰ ਮੈਂ ਪ੍ਰਾਰਥਨਾ ਕਰਦਾ ਪਰਮੇਸ਼ੁਰ, ਹਰ ਇੱਕ ਦੁਸ਼ਟ ਆਤਮਾ, ਹਰ ਇੱਕ ਬੁਰੀ ਸੰਗਤੀ, ਉਹ ਬੁਰੇ ਲੋਕ ਪਰਮੇਸ਼ੁਰ ਔਰ ਖੁਦਾਵਨ, ਉਹ ਦੁਸ਼ਟ ਦੀਆਂ ਯੋਜਨਾਵਾਂ ਪਰਮੇਸ਼ੁਰ, ਜਿੰਨੀਆਂ ਚੀਜ਼ਾਂ ਪਰਮੇਸ਼ੁਰ ਜੋ ਤੇਰੇ ਵੱਲੋਂ ਨੇ ਪਰ ਮੇਰੀ ਲਾਈਫ 'ਚ ਨਾਲ ਜੁੜੀਆਂ, ਮੇਰੇ ਬੱਚਿਆਂ ਦੇ ਨਾਲ ਜੁੜੀਆਂ, ਮੇਰੇ ਹਸਬੈਂਡ, ਮੇਰੀ ਵਾਈਫ, ਮੇਰੀ ਫੈਮਿਲੀ ਦੇ ਨਾਲ ਜੁੜੀਆਂ ਪਰਮੇਸ਼ੁਰ ਖੁਦਾਵਨ, ਉਹਨਾਂ ਸਭ ਚੀਜ਼ਾਂ ਤੋਂ ਮੈਨੂੰ ਡਿਸਕਨੈਕਟ ਕਰ, ਮੇਰੇ ਘਰਾਨੇ ਨੂੰ, ਮੇਰੇ ਬੱਚਿਆਂ ਨੂੰ, ਮੇਰੀ ਫੈਮਿਲੀ ਨੂੰ ਡਿਸਕਨੈਕਟ ਕਰ ਪਰਮੇਸ਼ੁਰ, ਅੱਜ ਉਹਨਾਂ ਦੇ ਉੱਤੇ ਹੋਲੀ ਗੋਸਟ ਦੀ ਫਾਇਰ ਉੱਤਰੇ, ਫਾਇਰ ਉੱਤਰੇ, ਫਾਇਰ ਉੱਤਰੇ, ਫਾਇਰ ਉੱਤਰੇ, ਫਾਇਰ ਉੱਤਰੇ, ਫਾਇਰ ਉੱਤਰੇ, ਅੱਜ ਪਰਮੇਸ਼ੁਰ ਦਾ ਅਭਿਸ਼ੇਕ ਤੁਹਾਨੂੰ ਛੁੜਾਵੇ, ਤੁਹਾਨੂੰ ਡਿਸਕਨੈਕਟ ਕਰੇ ਉਹਨਾਂ ਦੁਸ਼ਟ ਲੋਕਾਂ ਤੋਂ, ਉਹ ਦੁਸ਼ਟ ਗੱਲਾਂ ਤੋਂ, ਉਹ ਦੁਸ਼ਟ ਦੀਆਂ ਸਾਰੀਆਂ ਪਲੈਨਿੰਗਸ ਤੋਂ, ਪਰਮੇਸ਼ੁਰ ਦਾ ਆਤਮਾ ਯਿਸੂ ਮਸੀਹ ਦੇ ਨਾਮ 'ਚ ਤੁਹਾਨੂੰ ਡਿਸਕਨੈਕਟ ਕਰੇ। ਆਈ ਡਿਸਕਨੈਕਟ ਯੂ ਇਨ ਦਾ ਨੇਮ ਆਫ ਜੀਸਸ, ਆਈ ਡਿਸਕਨੈਕਟ ਯੂ ਇਨ ਦਾ ਨੇਮ ਆਫ ਜੀਸਸ, ਆਈ ਡਿਸਕਨੈਕਟ ਯੂ ਇਨ ਦਾ ਮਾਈਟੀ ਨੇਮ ਆਫ ਜੀਸਸ। ਰੱਬਾ ਯਾ ਖਾਥਾ ਨਾ ਲਾ ਰੱਬਾ ਰਾ ਸ਼ੇਖੇ ਤੇਨੇ ਲੇ ਰੇ ਬੇਰੇ ਰੇ ਪੋਰੋ ਸ਼ੇਖੇ ਤੇਨੇ ਲੇ ਰੇ ਬੇਰੇ ਸ਼ੇਖੇ ਤੇਨੇ ਲੇ ਰੇ ਬੇਰੇ ਸ਼ੇਖੇ ਤੇਨੇ ਲੇ ਰੇ ਬੇਰੇ ਸ਼ੇਖੇ ਤੇਨੇ ਲੇ ਰੇ ਬੇਰੇ। ਪਰਮੇਸ਼ੁਰ ਦੇ ਵਚਨ ਦੇ ਵਿੱਚ ਲਿਖਿਆ ਤੂੰ ਯਹੋਵਾ ਉੱਤੇ ਨਿਹਾਲ ਰਹੋ ਤਾਂ ਉਹ ਤੇਰੇ ਸਾਰੇ ਮਨੋਰਥਾਂ ਨੂੰ ਪੂਰਾ ਕਰੇਗਾ। ਸੋ ਕਹੋ ਕਿ ਪਰਮੇਸ਼ੁਰ ਮੈਂ ਆਪਣੀਆਂ ਅੱਖਾਂ ਤੇਰੀ ਵੱਲ ਚੱਕੀਆਂ, ਮੇਰੀ ਮਦਦ ਤੇਰੇ ਤੋਂ ਹੀ ਆਵੇਗੀ ਪਰਮੇਸ਼ੁਰ। ਔਰ ਖੁਦਾਵਨ ਯਹੋਵਾ ਤੂੰ ਮੇਰੇ ਸਾਰੇ ਮਨੋਰਥਾਂ ਨੂੰ ਪੂਰਾ ਕਰਨ ਵਾਲਾ ਪਰਮੇਸ਼ੁਰ ਆ। ਕਹੋ ਕਿ ਇਹ ਦੁਸ਼ਟ ਤੂੰ ਜਿੰਨੀਆਂ ਦੁਸ਼ਟ ਆਤਮਾ ਦੀਆਂ ਤਾਕਤਾਂ ਵਾ ਮੇਰੇ ਫਾਈਨੈਂਸ 'ਤੇ ਅਟੈਕ ਕਰਦੀਆਂ, ਮੇਰੀ ਬੈਸਟ ਜੋਬ ਨੂੰ ਲੈਣ ਤੋਂ ਰੋਕਦੀਆਂ, ਮੇਰੇ ਡਾਕੂਮੈਂਟਸ, ਮੇਰੀ ਫਾਈਲ 'ਤੇ ਅਟੈਕ ਕਰਦੀਆਂ, ਅੱਜ ਉਹਨਾਂ ਸਭ ਦੁਸ਼ਟ ਆਤਮਾ ਨੂੰ ਕਹੋ ਆਪਣੇ ਸ਼ੈਤਾਨੀ ਹੱਥ ਨੂੰ ਚੱਕ ਔਰ ਨਿਕਲ ਯਿਸੂ ਮਸੀਹ ਦੇ ਨਾਮ ਵਿੱਚ ਮੇਰੇ ਫਾਈਨੈਂਸ 'ਚੋਂ, ਮੇਰੀ ਜੋਬ 'ਚੋਂ, ਮੇਰੀ ਡਾਕੂਮੈਂਟਸ ਤੋਂ, ਮੇਰੀ ਫਾਈਲ 'ਚੋਂ, ਆਊਟ 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 ਇਨ ਦਾ ਨੇਮ ਆਫ ਜੀਸਸ। Holy Ghost, fire, 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 fire in the mighty name of Jesus.
ਦੇ ਅਭਿਸ਼ੇਕ ਦੇ ਕਾਰਨ ਸਾਰੇ ਝੂਲੇ ਨਾਸ਼ ਹੋ ਜਾਣ, ਸਾਰੇ ਬੰਧਨ ਨਾਸ਼ ਹੋ ਜਾਣ, ਸਾਰੀਆਂ ਬਿਮਾਰੀਆਂ ਨਾਸ਼ ਹੋ ਜਾਣ, ਸਾਰੇ ਰੋਗੀ ਚੰਗੇ ਹੋ ਜਾਣ ਯਿਸੂ ਮਸੀਹ ਦੇ ਨਾਮ ਵਿੱਚ। ਤੁਹਾਡੀਆਂ ਕਿਡਨੀਜ਼ ਨੋਰਮਲ ਹੋਣ, ਤੁਹਾਡੀ ਬਾਡੀ ਰਿਕਵਰ ਕਰੇ। ਹਰ ਕੈਂਸਰ ਦਾ ਰੋਗੀ ਜੋ ਅੱਜ ਦੀ ਇਸ ਪ੍ਰਾਰਥਨਾ ਨੂੰ ਸੁਣ ਲਿਆ, ਪਰਮੇਸ਼ਵਰ ਦਾ ਆਤਮਾ ਖੁਦਾਵਨ ਯਿਸੂ ਮਸੀਹ ਤੁਹਾਡੀ ਬਾਡੀ 'ਚੋਂ ਹਰ ਕੈਂਸਰ ਨੂੰ ਕੈਂਸਲ ਕਰੇ। ਯਿਸੂ ਦਾ ਲਹੂ ਤੁਹਾਨੂੰ ਜ਼ਿੰਦਗੀ ਦੇਵੇ। ਯਿਸੂ ਦੇ ਕੋੜੇ ਖਾਣ ਨਾਲ ਤੁਸੀਂ ਚੰਗੇ ਹੋ ਚੁੱਕੇ, ਤੁਹਾਡੀਆਂ ਰਿਪੋਰਟਸ ਨੋਰਮਲ ਹੋਣ। ਖੁਦਾਵਨ ਤੇਰੀ ਸਾਮਰਥ ਹਰ ਇੱਕ ਰੋਗੀ ਨੂੰ ਟੱਚ ਕਰੇ, ਟੱਚ ਕਰੇ, ਟੱਚ ਕਰੇ, ਟੱਚ ਕਰੇ। ਤੁਹਾਡੇ ਅੰਤੜੀਆਂ ਦੇ ਰੋਗ ਤੁਹਾਨੂੰ ਛੱਡ ਕੇ ਜਾਣ, ਤੁਹਾਡੀਆਂ ਵੇਨਸ ਦੀਆਂ ਪੇਨ ਤੁਹਾਨੂੰ ਛੱਡ ਕੇ ਜਾਣ, ਅੰਧੀਆਂ ਗੁੰਗੀਆਂ ਬਹਿਰੀਆਂ ਆਤਮਾਵਾਂ ਤੁਹਾਨੂੰ ਛੱਡ ਕੇ ਜਾਣ। ਹਰ ਇੱਕੋ ਆਤਮਾ ਜੋ ਤੁਹਾਡੀਆਂ ਅੱਖਾਂ ਨੂੰ ਜਕੜ ਕੇ ਬੈਠਾ, ਤੁੰਦੇਪਨ ਦਾ ਆਤਮਾ, ਅੰਧੇਪਨ ਦਾ ਆਤਮਾ, ਤੁਹਾਡੀਆਂ ਆਈਜ਼ ਨੂੰ ਰਾਈਟ ਨਾਓ ਛੱਡ ਕੇ ਜਾਵੇ ਯਿਸੂ ਮਸੀਹ ਦੇ ਨਾਮ 'ਚ। ਡੈਵਲ, ਆਈ ਕਮਾਂਡ ਯੂ ਲੀਵ ਇਨ ਦਾ ਮਾਈਟੀ ਨੇਮ ਆਫ ਜੀਸਸ। ਜਿੰਨੇ ਰੋਗ ਤੁਹਾਡੀ ਬਾਡੀ ਦੇ ਵਿੱਚ ਆ, ਹਾਰਟ ਦੀਆਂ ਪ੍ਰੋਬਲਮਸ ਆ, ਰਾਈਟ ਨਾਓ ਬੀ ਹੀਲ ਇਨ ਦਾ ਮਾਈਟੀ ਨੇਮ ਆਫ ਜੀਸਸ। ਤੁਹਾਡੇ ਦਿਲ ਦੇ ਰੋਗ ਚੰਗੇ ਹੋ ਜਾਣ ਯਿਸੂ ਮਸੀਹ ਦੇ ਨਾਮ 'ਚ, ਤੁਹਾਡੀਆਂ ਰਿਪੋਰਟਸ ਨੋਰਮਲ ਹੋ ਜਾਣ। ਰੱਬਾ ਸ਼ਾਖਾ ਥਾਨਾ ਲਾਰਾ ਬਾਰਾ ਰਿਬੋਰੋ ਸ਼ੇਖੇ ਥਿੰਨੇ ਲੇਰੇ ਬੇਰੇ। ਜਿੰਨੀਆਂ ਇਨਫੈਕਸ਼ਨ ਤੁਹਾਡੀ ਬਾਡੀ ਦੇ ਉੱਤੇ ਕੰਮ ਕਰ ਰਹੀਆਂ, ਬਲੱਡ ਇਨਫੈਕਸ਼ਨ, ਸਕਿਨ ਇਨਫੈਕਸ਼ਨ, ਨਾਖੂਨ ਦੀਆਂ ਇਨਫੈਕਸ਼ਨ, ਹਰ ਤਰ੍ਹਾਂ ਦੇ ਇਨਫੈਕਸ਼ਨ, ਮੈਂ ਪ੍ਰਾਰਥਨਾ ਕਰਦੀ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ, ਉਹ ਇਨਫੈਕਸ਼ਨ ਤੁਹਾਡੀ ਬਾਡੀ ਨੂੰ ਛੱਡ ਕੇ ਜਾਵੇ। ਬੀ ਹੀਲਡ ਇਨ ਦਾ ਮਾਈਟੀ ਨੇਮ ਆਫ ਜੀਸਸ। ਚੰਗੇ ਹੋ ਜਾਓ ਯਿਸੂ ਮਸੀਹ ਦੇ ਨਾਮ ਵਿੱਚ, ਚੰਗੇ ਹੋ ਜਾਓ ਯਿਸੂ ਮਸੀਹ ਦੇ ਨਾਮ ਵਿੱਚ। ਜਿੰਨੀਆਂ ਦੁਸ਼ਟ ਆਤਮਾ, ਜਿੰਨੇ ਮੁਰਦੇ ਸੁਪਨਿਆਂ 'ਚ ਤੁਹਾਨੂੰ ਤੰਗ ਕਰਦੇ ਆ, ਤੁਹਾਨੂੰ ਦਿਖਾਈ ਦਿੰਦੇ ਆ, ਜਿੰਨੇ ਬੈਡ ਡ੍ਰੀਮ ਤੁਸੀਂ ਦੇਖਦੇ ਆ, ਅੱਜ ਤੋਂ ਬਾਅਦ ਅੱਜ ਹਰ ਇੱਕੋ ਬੈਡ ਡ੍ਰੀਮ ਦੇ ਉੱਤੇ ਹੌਲੀ ਗੋਲ ਦੀ ਫਾਇਰ ਉਤਰੇ। ਪਵਿੱਤਰ ਆਤਮਾ ਦੀ ਅੱਗ ਉਤਰੇ, ਅੱਗ ਉਤਰੇ, ਅੱਗ ਉਤਰੇ, ਅੱਗ ਉਤਰੇ। ਅੱਜ ਸਾਰੀਆਂ ਮੁਰਦਾ ਸਪਿਰਿਟਸ ਨੂੰ ਮੈਂ ਤੁਹਾਡੀ ਲਾਈਫ 'ਚੋਂ ਆਊਟ ਕਰਦੀ ਹਾਂ, ਆਊਟ ਕਰਦੀ ਹਾਂ, ਆਊਟ ਕਰਦੀ ਹਾਂ, ਆਊਟ ਕਰਦੀ ਹਾਂ ਇਨ ਦਾ ਨੇਮ ਆਫ ਜੀਸਸ। ਤੁਹਾਡੇ ਸੁਪਨੇ ਅੱਜ ਤੋਂ ਬਾਅਦ ਚੇਂਜ ਹੋਣ, ਤੁਸੀਂ ਬਿਗ ਬਿਗ ਟੈਸਟਮਨੀਸ ਦੇ ਨਾਲ ਵਾਪਸ ਆਓ। ਮੇਰੇ ਪਰਮੇਸ਼ਵਰ ਦਾ ਆਤਮਾ ਤੁਹਾਨੂੰ ਆਪਣੀਆਂ ਪ੍ਰੋਫਿਟਸ, ਆਪਣੀਆਂ ਵਾਹੀਕਲਸ ਦੇ ਨਾਲ ਬਲੈਸ ਕਰੇ। ਫਾਈਨੈਂਸ਼ਲੀ ਬਲੈਸਿੰਗ ਤੁਸੀਂ ਦੇਖੋ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ। ਖੁਦਾਵੰਦ ਤੇਰਾ ਗ੍ਰੇਸ ਤੇਰੇ ਲੋਕਾਂ ਨੂੰ ਟੱਚ ਕਰੇ ਪਿਤਾ, ਇਹਨਾਂ ਦੇ ਬੱਚੇ ਪਰਮੇਸ਼ਵਰ ਸੇਵ ਨਾ ਰਹਿਣ ਪਿਤਾ। ਹਰ ਬੁਰੀ ਸੰਗਤੀ ਤੋਂ ਪਰਮੇਸ਼ਵਰ ਡਿਸਕਨੈਕਟ ਕੀਤੇ ਜਾਣ, ਹਰ ਇੱਕੋ ਬੁਰੇ ਪ੍ਰਭਾਵ ਤੋਂ ਡਿਸਕਨੈਕਟ ਕੀਤੇ ਜਾਣ। ਤੇਰਾ ਗ੍ਰੇਸ ਪਰਮੇਸ਼ਵਰ ਇਹਨਾਂ ਦੇ ਬੱਚਿਆਂ 'ਤੇ ਆਵੇ ਪਰਮੇਸ਼ਵਰ, ਉਹ ਤੇਰੇ ਵੱਲੋਂ ਸਿਖਾਈ ਹੋਣ, ਤੇਰਾ ਆਤਮਾ ਉਹਨਾਂ ਨੂੰ ਕੇਅਰ ਲਵੇ। ਖੁਦਾਵਨ ਖੁਦਾ ਰਾਈਟ ਨਾਓ ਤੇਰੀ ਸਾਮਰਥ ਉਹਨਾਂ ਨੂੰ ਟੱਚ ਕਰੇ, ਉਹਨਾਂ ਦੀਆਂ ਲਾਈਫ ਚੇਂਜਿੰਗ ਟੈਸਟਮਨੀਜ਼ ਨੂੰ ਦੇਖੀਏ ਖੁਦਾਵਨ। ਲੋਰਡ ਤੇਰਾ ਧੰਨਵਾਦ ਹੋ ਤੇਰੀ ਪ੍ਰੈਜੈਂਸ ਦੇ ਲਈ, ਅੱਜ ਦੀਆਂ ਸਾਰੀਆਂ ਡਿਕਲੇਰੇਸ਼ਨਸ ਦੇ ਲਈ ਜੋ ਤੂੰ ਪੂਰੀਆਂ ਕਰ ਚੁੱਕਿਆ ਪਰਮੇਸ਼ਵਰ। ਤੇਰਾ ਧੰਨਵਾਦ ਹੋ, ਧੰਨਵਾਦ ਹੋ, ਧੰਨਵਾਦ ਹੋ ਲੋਰਡ। ਥੈਂਕ ਯੂ ਜੀਸਸ, ਥੈਂਕ ਯੂ ਜੀਸਸ, ਥੈਂਕ ਯੂ ਜੀਸਸ, ਥੈਂਕ ਯੂ ਜੀਸਸ। ਤਾਰੀਫ ਕਰਦੇ ਹਾਂ ਅੱਜ ਦੀ ਪਰਮੇਸ਼ਵਰ ਦੀ ਬਿਊਟੀਫੁਲ ਪ੍ਰੈਜੈਂਸ ਦੇ ਲਈ, ਅੱਜ ਦੀ ਸੁਬਾਹ ਦੇ ਲਈ, ਅੱਜ ਦੀ ਰੋਸ਼ਨੀ ਦੇ ਲਈ, ਅੱਜ ਦੇ ਇਸ ਦਿਨ ਦੇ ਲਈ ਪਰਮੇਸ਼ਵਰ ਤੇਰਾ ਧੰਨਵਾਦ ਹੋ ਪਰਮੇਸ਼ਵਰ। ਅੱਜ ਦੇ ਤੇਰੇ ਵਚਨ ਦੇ ਲਈ ਤੇਰਾ ਧੰਨਵਾਦ ਹੋ ਪਿਤਾ। ਮੈਂ ਤੇਰੇ ਲੋਕਾਂ ਨੂੰ ਤੇਰੇ ਹੱਥਾਂ 'ਚ ਦਿੰਦੀ, ਤੇਰੇ ਲਹੂ 'ਚ ਛਿਪਾਉਂਦੀ, ਹਰ ਬੈਡ ਨਿਊਜ਼ ਨੂੰ ਕੈਂਸਲ ਕਰਦੀ, ਹਰ ਐਕਸੀਡੈਂਟ ਦੀ ਸਪਿਰਿਟ ਨੂੰ ਮੈਂ ਕੈਂਸਲ ਕਰਦੀ, ਤੇਰੇ ਗ੍ਰੇਸ ਨੂੰ ਤੇਰੇ ਲੋਕਾਂ ਦੇ ਉੱਤੇ ਮੈਂ ਮੰਗਦੀ, ਤੇਰੇ ਸਵਰਗੀ ਦੂਤ ਇਹਨਾਂ ਦੇ ਅੰਗ ਸੰਗ ਹੋਣ ਪਿਤਾ। ਇਹ ਜਿਸ ਤਰ੍ਹਾਂ ਆਪਣੇ ਘਰਾਂ ਪਰਿਵਾਰਾਂ 'ਚੋਂ ਜਾਣ ਬਾਹਰ ਪਰਮੇਸ਼ਵਰ ਸਹੀ ਸਲਾਮਤ, ਉਸੇ ਤਰ੍ਹਾਂ ਸਹੀ ਸਲਾਮਤ ਵਾਪਸ ਆਉਣੇ, ਫੇਵਰ ਪਾਉਣ ਆਪਣੀਆਂ ਜੋਬਸ 'ਤੇ, ਆਪਣੇ ਘਰਾਂ 'ਤੇ, ਆਪਣੇ ਇੱਕ ਇੱਕ ਚੀਜ਼ ਦੇ ਉੱਤੇ ਫੇਵਰ ਨੂੰ ਪਾਉਣ ਪਿਤਾ। ਔਰ ਇਹ ਬਿਗ ਬਿਗ ਟੈਸਟਮਨੀਜ਼ ਦੇ ਨਾਲ ਵਾਪਸ ਆਉਣ ਪਿਤਾ। ਤੇਰੀ ਦਇਆ, ਤੇਰੀ ਕਰੁਣਾ ਇਹਨਾਂ ਨੂੰ ਘੇਰੀ ਰੱਖੇ। ਪ੍ਰਭੂ ਯਿਸੂ ਮਸੀਹ ਦੇ ਜੀਵਿਤ ਅਤੇ ਪਵਿੱਤਰ ਨਾਮ ਦੇ ਵਿੱਚ ਸਭ ਬੋਲੋ।